वाहिगुरु जी का खालसा वाहिगुरु जी की फतेह। कभी बुल्ले शाह दे बोल ने ना कहूं जब की ना कहूं तब की बात कहूं अब की, घर ना होते गुरु गोबिंद सिंह तो सुन्नत होती सब की। ए राम दा देश, ए कृष्ण दा देश, ए द्रोणाचार्य दा देश, ए भीष्म पितामह दा देश, ए अर्जुन दा देश, ए भीमसेन दा देश, ए गंगा दा देश, ए जमुना दा देश, ए गीता दा देश, ए वेदां दा देश, ए झीलां दा देश, ए झरनियां दा देश, ए सागरां दा देश, ए पहाड़ां दा देश, ए गीतां दा देश, ए प्रीतां दा देश। ए देश ना हुंदा मित्रो जे गुरु दशमेश ना हुंदा। ए तू बलवंत कहे देश भगत कौन होर, वार परिवार सी मिटाया दुख देश दा। एक एक पुत दे के ओह दिल फेल होए वेखे, चार लाल वारे धन हिरदा दशमेश दा। सुखपाल सिंह डोडबंदर, हरजिंदर सिंह डोडबंदर, सरंगी मास्टर सरजीत सिंह चड़िक, रिशपाल सिंह पमाल दा ढाडी जत्था गा के इंज पेश कर रहा है। ਉਹ ਚਾਰੇ ਪੁੱਤਰ ਮਾਰ ਗਿਆ।
ਮਾਹੀ ਦੇ ਪਾਸ ਰਿਵਾਲਸਰ ਦੇ ਕੰਢੇ ਤੇ 22 ਧਾਰ ਦੇ ਰਾਜੇ ਆਏ। ਰਾਜਾ ਭੀਮ ਚੰਦ ਕਹਿਲੂਰੀਆ, ਰਾਜਾ ਕਿਰਪਾਲ ਚੰਦ ਕਟੋਚੀਆ, ਰਾਜਾ ਸੁਖਦਿਆਲ ਜਸਰੋਟੀਆ, ਰਾਜਾ ਕੇਸਰੀ ਚੰਦ ਜਸਬਾਲੀਆ, ਰਾਜਾ ਫਤਿਹ ਚੰਦ ਹੰਡੂਰੀਆ, ਰਾਜਾ ਪ੍ਰਿਥੀ ਚੰਦ ਦਲਵਾਰੀਆ, ਰਾਜਾ ਫਤਿਹ ਚੰਦ ਸ਼੍ਰੀ ਨਗਰੀਆ। ਸਤਿਗੁਰੂ ਮਹਾਰਾਜ ਕਹਿੰਦੇ, ਰਾਜਿਓ ਆਓ, ਜੇ ਆਜ਼ਾਦੀ ਲਿਆਉਣੀ ਆ ਤਾਂ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਪਵੇਗਾ, ਤਾਂ ਮੁਗਲ ਹਕੂਮਤ ਦਾ ਟਾਕਰਾ ਕਰ ਸਕਦੇ ਹਾਂ। ਹੰਕਾਰੀ ਰਾਜਿਆਂ ਨੇ ਆਖਿਆ, ਦਾਤਾ ਤੁਹਾਡੀਆਂ ਫੌਜਾਂ ਵਿੱਚ ਤਾਂ ਸ਼ੂਦਰ ਲੋਕ ਨੇ, ਡਰਾਕਲ ਲੋਕ ਨੇ, ਬੁਜ਼ਦਲ ਲੋਕ ਨੇ, ਇਹ ਲੜ ਨਹੀਂ ਸਕਦੇ। ਇਹ ਤਾਂ ਆਪਦੇ ਮੂੰਹੋਂ ਕਹਿੰਦੇ ਨੇ, ਹਮ ਤੋਂ ਤੋਲਣ ਜਾਣੇ ਤੱਕੜੀ ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਓ, ਮੁਗਲੋਂ ਸੇ ਕੈਸੇ ਲੜ ਪਾਏ। ਸਤਿਗੁਰੂ ਮਹਾਰਾਜ ਨੇ ਜਦੋਂ 22 ਧਾਰ ਦੇ ਰਾਜਿਆਂ ਤੋਂ ਹੰਕਾਰ ਭਰੀਆਂ ਗੱਲਾਂ ਸੁਣੀਆਂ ਤੇ ਮਹਾਰਾਜ ਪੂਰੇ ਜਲਾਲ ਵਿੱਚ ਆ ਗਏ ਤੇ ਅੱਗੋਂ ਬੋਲੇ, ਉਹ ਰਾਜਿਓ, ਮੌਤ ਤੋਂ ਦੁਨੀਆਂ ਡਰਦੀ ਆ, ਮੌਤ ਸਭ ਨੂੰ ਡਰਾਉਂਦੀ ਆ। ਹਰਨਾਕਸ਼ ਡਰਿਆ, ਸਿਕੰਦਰ ਡਰਿਆ, ਰਾਵਣ ਡਰਿਆ, ਪਰ ਮੈਂ ਐਸਾ ਸਿੰਘ ਪੈਦਾ ਕਰਾਂਗਾ ਜਿਹਦੇ ਸਾਹਮਣੇ ਮੌਤ ਆਵੇਗੀ ਤੇ ਮੌਤ ਨੂੰ ਵੀ ਕੱਚੀਆਂ ਤਰੇਲੀਆਂ ਲਿਆ ਦੇਵੇਗਾ। ਬੰਦ ਬੰਦ ਕਟਵਾਉਣ ਵਾਲੇ, ਖੋਪਰ ਲਹਾਉਣ ਵਾਲੇ, ਝੰਡੇ ਚਲਾਉਣ ਵਾਲੇ, ਦੇਗਾਂ ਖੜਕਾਉਣ ਵਾਲੇ, ਦੇਗਾਂ ਵਿੱਚ ਕੱਢਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲੇ, ਫਾਂਸੀਆਂ ਨੂੰ ਚਾਹੁਣ ਵਾਲੇ, ਮੌਤ ਨੂੰ ਵਿਆਉਣ ਵਾਲੇ, ਐਸੇ ਸਿੰਘ ਪੈਦਾ ਕਰਾਂਗਾ। ਇਕੱਲਾ ਇਕੱਲਾ ਸਿੰਘ ਸਵਾ ਸਵਾ ਲੱਖ ਦੇ ਨਾਲ ਟਕਰਾ ਦੇਗਾ। ਭਮਾਲ ਦਾ ਢਾਡੀ ਜਥਾ ਗਾ ਕੇ ਇੰਜ ਪੇਸ਼ ਕਰ ਰਿਹਾ ਹੈ।
ਸਿਪਾਹੀ ਨੇ 30 ਮਾਰਚ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜ ਦਿੱਤਾ। ਜਦੋਂ ਖਾਲਸਾ ਪੰਥ ਸਾਜਿਆ ਅਕਾਲੀ ਫੌਜ ਪੈਦਾ ਹੋ ਗਈ, ਮੁਗਲੀਆ ਹਕੂਮਤ ਤੇ 22 ਧਾਰ ਦੇ ਰਾਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਾਜੇ ਕਹਿੰਦੇ ਹੁਣ ਕਿਵੇਂ ਕੀਤਾ ਜਾਵੇ। ਭੀਮ ਚੰਦ ਕਹਿੰਦਾ ਜੇ ਇੱਕ ਨਿਹੰਗ ਸਿੰਘ ਜਕਾਰਾ ਛੱਡ ਦੇਵੇ ਆਪਣੀਆਂ ਫੌਜਾਂ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਜਾਂਦੀਆਂ ਨੇ। ਅੱਗੋਂ ਰਾਜੇ ਕੇਸਰੀ ਚੰਦ ਨੇ ਆਖਿਆ ਮੇਰੇ ਕੋਲ ਇੱਕ ਸਿਖਾਇਆ ਹੋਇਆ ਹਾਥੀ ਆ, ਜਦੋਂ ਸ਼ਰਾਬ ਪਿਲਾ ਕੇ ਮੱਥੇ ਤਵੇ ਬੰਨ ਕੇ ਆਪਾਂ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਾਂਗੇ, ਉਹ ਤੋਪ ਦਾ ਕੰਮ ਸਾਰੇਗਾ। ਸਾਰੇ ਰਾਜਿਆਂ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ। ਇਹ ਸਾਰੀਆਂ ਖਬਰਾਂ ਦੀ ਜਾਸੂਸੀ ਭਾਈ ਆਲਮ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਲੱਗੇ ਦਰਬਾਰ ਦੇ ਵਿੱਚ ਜਾ ਕੇ ਦੱਸੀ। ਸਤਿਗੁਰੂ ਮਹਾਰਾਜ ਦਾ ਦੀਵਾਨ ਸਜਿਆ, ਦੀਵਾਨ ਦੀ ਸੋਭਾ ਨੂੰ ਉਹ ਮਹਾਨ ਪਰਉਪਕਾਰੀ ਸਿੰਘ ਨਿਭਾਉਂਦੇ ਨੇ, ਜਿਹੜੇ ਆਪਦੇ ਮੂੰਹੋਂ ਕਹਿੰਦੇ ਨੇ ਸਾਨੂੰ ਪਤਾ ਹੈ ਸਿਰਾਂ ਦਾ ਮੁੱਲ ਪੈਣਾ, ਇੱਕ ਵਾਰ ਇਤਿਹਾਸ ਦੁਹਰਾ ਦਿਆਂਗੇ, ਲੱਗਦਾ ਸਿਰ ਤਾਂ ਭਾਵੇਂ ਲੱਗ ਜਾਵੇ ਜਦੋਂ ਸੰਗਲ ਗੁਲਾਮੀ ਦਾ ਲਾ ਦਿਆਂਗੇ। ਸਤਿਗੁਰੂ ਮਹਾਰਾਜ ਨੇ ਜਦੋਂ ਸੁਣਿਆ ਕੱਲ ਨੂੰ ਰਾਜਿਆਂ ਦਾ ਹਾਥੀ ਆਵੇਗਾ, ਤੇ ਮਾਂ ਗੁਜਰੀ ਦੇ ਸ਼ੇਰ ਦੇ ਲਾਲ ਨੇ ਆਖਿਆ ਜੇ ਰਾਜਿਆਂ ਦਾ ਹਾਥੀ ਆਵੇਗਾ ਤੇ ਗੁਰੂ ਘਰ ਦਾ ਹਾਥੀ ਉਹ ਸਾਹਮਣੇ ਬੈਠਾ ਦੁਨੀ ਚੰਦ ਇਹ ਮੁਕਾਬਲਾ ਕਰੇਗਾ। ਦੁਨੀ ਚੰਦ ਦੇ ਲੜਨ ਬਾਰੇ ਜਿਸ ਤਰ੍ਹਾਂ ਮਹਾਰਾਜ ਨੇ ਆਖਿਆ ਸੁਖਪਾਲ ਸਿੰਘ ਡੋਡਵੰਦਰ, ਹਰਜਿੰਦਰ ਸਿੰਘ ਡੋਡਵੰਦਰ, ਸਰੰਗੀ ਮਾਸਟਰ ਸਰਦੀ ਸਿੰਘ ਚੜਿੱਕ ਤੇ ਪਮਾਲ ਦਾ ਜੱਥਾ ਗਾ ਕੇ ਇੰਜ ਪੇਸ਼ ਕਰ ਰਿਹਾ ਹੈ। ਹਾਥੀ ਨਾਲ ਦੁਨੀ ਚੰਦ ਨੂੰ ਲੜਾਉਣਾ, ਸਿੰਘਾਂ ਨੂੰ ਗੁਰੂ ਜੀ ਆਖਦੇ, ਹਾਥੀ ਨਾਲ ਦੁਨੀ ਚੰਦ ਨੂੰ ਲੜਾਉਣਾ, ਸਿੰਘਾਂ ਨੂੰ ਗੁਰੂ ਜੀ ਆਖਦੇ। ਸਰਕਾਰ ਵਾ, ਸੋਦੀ ਤਾਕਤ ਤੇ ਸੱਚੀ ਸਰਕਾਰ ਵਾ।
संद भाई सालो दा पोतरा सी जदों इन्हें आपका नाम सुनिया ए मौत तो डर गया हौली हौली उठिया महाराज दे कोल आ गया एदियां गल्लां वेखो कहिंदा दाता ए ड्यूटी किसे जंगी जरनैल दी लाओ जे मैं शहीद हो गया फिर देग कौन बरताया करेगा महाराज कहिंदा देग बरताउण वाले सिंह बहुत ने तू तैयार हो पातशाह देग बरताउण वाले होणगे लंगर कौन बरताया करेगा कोले भाई दया सिंह खलोता ओ कहिंदा दुनी चंद तेरी जय जयकार हो जानी है जदों हाथी दा मुकाबला करेगा कहिंदा मैनू पता जड़ी मेरी जय जयकार होनी है मेरी गोगर ते हाथी ने पैर धरता मैं टमाटर वांगू फिस जावांगा दुनी चंद मसंद ने ना हां कही ना ना कही जे हां कहिंदा इहनू मौत दिसदी है जे ना कहिंदा इहदी बदनामी हुंदी है यह चुप्पी कर गया रात पै गई इन्हें हम ख्यालिए कट्ठे कर ले कहिंदा वेखो गुरु आपां नूं मरवाउणा चाहुंदा हाथी दा ते बंदे दा की मुकाबला आपां चलो रातों रात धीर मल दे कोले उहनूं बनाउणे आ गुरु ते दुनी चंद मसंद बाजां वाले वाही तों बेमुख हो के दौड़न लग्या उहदा जिक्र ढाडी जथा पमाल वाला गा के इंज पेश कर रहा है मंदी मौत मर गया अमृत वेला होया सिंह कहिंदे दाता
ਤੁਹਾਡਾ ਤਾਂ ਤੁਣਿਆ ਹੋਇਆ ਹਾਥੀ ਉਹ ਰਾਤੋ ਰਾਤੀ ਭੱਜ ਗਿਆ, ਹੁਣ ਕੌਣ ਮੁਕਾਬਲਾ ਕਰੇਗਾ? ਮਹਾਰਾਜ ਕਹਿੰਦੇ ਉਹ ਸਾਹਮਣੇ ਸਾਡਾ ਸ਼ੇਰ ਬੈਠਾ, ਭਾਈ ਬਚਿੱਤਰ ਸਿੰਘ ਇਹ ਮੁਕਾਬਲਾ ਕਰੇਗਾ। ਜਦੋਂ ਸੂਰਮੇ ਨੇ ਆਪਣਾ ਨਾਂ ਸੁਣਿਆ ਉਹ ਛਾਲ ਮਾਰ ਕੇ ਉੱਠਿਆ, ਮਹਾਰਾਜ ਦੇ ਕੋਲ ਆ ਗਿਆ। ਸਿੱਖੀ ਭੇਖ ਦਾ ਨਾਂ ਨਹੀਂ, ਸਿੱਖੀ ਪਖੰਡ ਦਾ ਨਾਂ ਨਹੀਂ, ਸਿੱਖੀ ਫਿਰਕੇ ਦਾ ਨਾਂ ਨਹੀਂ, ਸਿੱਖੀ ਮਖੌਟੇ ਦਾ ਨਾਂ ਨਹੀਂ, ਸਿੱਖੀ ਤੰਗ ਦਿਲੀ ਦਾ ਨਾਂ ਨਹੀਂ, ਸਿੱਖੀ ਸੌੜੀ ਸੋਚ ਦਾ ਨਾਂ ਨਹੀਂ, ਸਿੱਖੀ ਬੋਲੀ ਦਾ ਨਾਂ ਨਹੀਂ, ਸਿੱਖੀ ਇਲਾਕੇ ਦਾ ਨਾਂ ਨਹੀਂ। ਸਿੱਖੀ ਇਜ਼ ਐਕਸੀਲੈਂਸ ਆਫ ਹਿਊਮਨ ਸੈਕਰੀਫਾਈਸ, ਮਨੁੱਖਤਾ ਦੇ ਲਈ ਕੁਰਬਾਨੀ ਦਾ ਜਜ਼ਬਾ ਹੈ। ਸਿੱਖੀ ਕੁਰਬਾਨੀ ਦਾ ਜਜ਼ਬਾ ਭਾਈ ਬਚਿੱਤਰ ਸਿੰਘ ਦੇ ਅੰਦਰੋਂ ਡੁੱਲ ਡੁੱਲ ਪੈਂਦਾ ਸੀ। ਸਤਿਗੁਰਾਂ ਦੇ ਕੋਲ ਆ ਕੇ ਸਤਿਗੁਰਾਂ ਦੇ ਪ੍ਰੇਮ ਵਿੱਚ ਹੋ ਕੇ ਮਦਹੋਸ਼, ਜਿਸ ਤਰ੍ਹਾਂ ਸੂਰਮਾ ਕਹਿਣ ਲੱਗਿਆ ਉਹਦਾ ਜ਼ਿਕਰ ਢਾਡੀ ਜਥਾ ਗਾ ਕੇ ਇੰਜ ਪੇਸ਼ ਕਰ ਰਿਹਾ ਹੈ। ਹੋ
मुल्तान दे लागे अलीपुर दा रहण वाला सी ओदा लड़का सी ए पंज भरा महाराज दे दर ते सेवा करदे सन अजब सिंह अजैब सिंह अनक सिंह उदय सिंह ते बचित्तर सिंह जदों बचित्तर सिंह उठिया इहदे मगर आया इहदा सका भरा भाई उदय सिंह ओह कहिंदा दाता बाजां वाले माही मैं राजे केसरी चंद दा सिर वड्डांगा जिहदा हाथी गुरु घर ते चढ़ के आ रहा दो सके भरावां दी जोड़ी तैयार हो गई उधर राजे ने शराबी हाथी कर लिया मत्थे तवे बन ले मुगल हुकूमत दे जरनैल आ गए किसे ने जय देव दे नारे मारे और किसे ने अली अली दे नारे मारे हाथी मूहरे ला के किले वालू तोर लिया हाथी तूफान दा रूप धारी आ रहा एक सिंह ने महाराज दे कोल आके आख्या दाता हाथी तां नेड़े आ गया ए सूरमे तैयार खलोते ने महाराज दे चरणां विच आ गए भाई बचित्तर सिंह कहिंदा दाता मैनू थापड़ा दिओ जदों थापड़ा दिता ते महाराज ने नागनी दिती इहदा लहू उबाले खाण लग्या इहने जकारा छड्डिया उहदे किले दा दरवाजा खोल दिता गया सूरमा जोश दे विच किले तों बाहर आया एक पासे राजिआं दा शराबी हाथी ते दूजे पासे बाजां वाले दा बवर शेर एक नूं शराब दा नशा एक नूं नाम दी खुमारी दा नशा और नशा दोहां नूं चढ़िया होया फिर होया की जा हाथी सिंह ने वेख्या रंग काला सोला उन्हें कलगी धर रद्दिया उहदा फर्क है डोला उहनूं बरछा नौबड़ जापिया कखां तों हौला उहनूं अपने अंदर पै गया शेरां दा झोला हाथी पै चंगिआड़दा भी होया बौला उहदे घोड़े छालां मारियां मैं झूठिया रौला सिंह अगे वधिया होया हाथी ते सिंह दा पेड़ खड़कर कंबां ते अणखीले फतीले जोशीले सिंह ने शराबी हाथी दे मत्थे विच नागनी हे ਇਹੋ ਮਰੀ
मथे विच जा वजी। जदों एकदम खून दा फुहारा वगया ਉਹ ਹਾਥੀ ਜਿੰਨੀ ਸਪੀਡ ਨਾਲ ਅੱਗੇ ਨੂੰ ਆ ਰਿਹਾ ਸੀ ਹੁਣ ਦੁੱਗਣੀ ਨਾਲ ਪਿਛਾਂ ਨੂੰ ਜਾ ਰਿਹਾ। ਰਾਜਿਆਂ ਦੀਆਂ ਫੌਜਾਂ ਮਿੱਧਦਾ ਜਾ ਰਿਹਾ। ਰਾਜਿਆਂ ਨੇ ਕੁਝ ਸੋਚਿਆ ਹੋਰ ਸੀ ਪਰ ਹੋ ਗਿਆ ਹੋਰ। ਜਿੱਤ ਖਾਲਸਿਆਂ ਦੀ ਹੋਈ। ਰਾਜੇ ਕੇਸਰੀ ਚੰਦ ਦਾ ਭਾਈ ਉਦੈ ਸਿੰਘ ਨੇ ਸਿਰ ਲਾ ਲਿਆ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਇਹ ਦੋਨੋਂ ਪਰਉਪਕਾਰੀ ਤੇ ਸਿੰਘਾਂ ਦਾ ਜੱਥਾ ਪਹੁੰਚਿਆ ਤੇ ਮਹਾਰਾਜ ਨੇ ਇਹਨਾਂ ਨੂੰ ਹਿੱਕ ਨਾ ਲਾਇਆ ਤੇ ਆਖਿਆ ਸ਼ਾਬਾਸ਼ ਮੇਰੇ ਸ਼ੇਰਾਂ ਦੇ ਸ਼ੇਰ ਭਾਈ ਬਚਿੱਤਰ ਸਿੰਘਾਂ ਤੇਰਾ ਇਹ ਕਾਰਨਾਮਾ ਤੈਨੂੰ ਇਤਿਹਾਸ ਦੇ ਵਿੱਚ ਸਦਾ ਵਾਸਤੇ ਅਮਰ ਕਰ ਗਿਆ। ਉਹ ਅਣਖੀ ਬੱਬਰ ਸ਼ੇਰਾਂ ਦੇ ਝੰਡੇ ਝੁਲਦੇ ਨੇ। ਸੁਖਪਾਲ ਸਿੰਘ ਡੋਡ ਬਾਂਦਰ, ਹਰਜਿੰਦਰ ਸਿੰਘ ਡੋਡ ਬਾਂਦਰ, ਸਰੰਗੀ ਮਾਸਟਰ ਸਰਜੀਤ ਸਿੰਘ ਚੜਿੱਕ ਤੇ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜੱਥਾ ਗਾ ਕੇ ਇੰਜ ਪੇਸ਼ ਕਰ ਰਿਹਾ ਹੈ। ਢਾਡੀ ਜੱਥਾ ਰਿਸ਼ਪਾਲ ਸਿੰਘ ਪਮਾਲ, ਸੁਖਪਾਲ ਸਿੰਘ ਡੋਡ ਬਾਂਦਰ, ਹਰਜਿੰਦਰ ਸਿੰਘ ਡੋਡ ਬਾਂਦਰ।